ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਬਠਿੰਡਾ ਸ਼ਹਿਰ ਤੋਂ ਹਾਜ਼ਰ ਹਾਂ। ਅੱਜ ਤੁਹਾਨੂੰ ਦਿਖਾ ਰਹੇ ਹਾਂ ਬਠਿੰਡੇ ਦਾ ਕਿਲ੍ਹਾ, ਇਤਿਹਾਸਿਕ ਕਿਲ੍ਹਾ ਹੈ। ਕਿਲ੍ਹੇ ਬਾਰੇ ਅਸੀਂ ਜਾਣਕਾਰੀ ਡਿਟੇਲ ਵਿੱਚ ਦੇਵਾਂਗੇ, ਪਰ ਕਿਲ੍ਹੇ ਦੇ ਅੰਦਰ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਕਿਲ੍ਹਾ ਬਹੁਤ ਹੀ ਪੁਰਾਣਾ ਹੈ ਔਰ ਬਹੁਤ ਹੀ ਤਰਸਯੋਗ ਹਾਲਤ 'ਚ ਹੈ। ਜੇ ਤੁਹਾਨੂੰ ਬਾਉਂਡਰੀ ਵਾਲ ਦੀ ਮੇਰੇ ਪਿੱਛੇ ਇੱਕ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਵੀ ਬਾਉਂਡਰੀ ਵਾਲ ਇਸ ਦੀ ਕਿਸ ਹਾਲਤ ਵਿੱਚ ਹੈ। ਦੀਵਾਰ ਗਿਰ ਚੁੱਕੀਆਂ ਨੇ, ਇੱਟਾਂ ਨਿਕਲ ਚੁੱਕੀਆਂ ਨੇ। ਹੁਣ ASI ਜੋ ਆਰਕੋਲੋਜੀਕਲ ਸਰਵੇ ਆਫ ਇੰਡੀਆ ਹੈ ਉਹ ਇਸ ਨੂੰ ਰਿਪੇਅਰ ਕਰ ਰਹੀ ਹੈ, ਪਰ ਅਸੀਂ ਜੋ ਰਿਪੇਅਰ ਦਾ ਸਟੈਂਡਰਡ ਵੀ ਦੇਖਿਆ, ਇੱਕ ਤਾਂ ਬਹੁਤ ਸਲੋ ਹੈ ਅਤੇ ਇੱਕ ਕਿਤੇ ਕਿਤੇ ਉਹਨਾਂ ਨੇ ਵੱਡੀਆਂ ਇੱਟਾਂ ਯੂਜ਼ ਕੀਤੀਆਂ ਨੇ, ਜਿਸ ਨਾਲ ਜੋ ਹੈਰੀਟੇਜ ਹੈ ਉਹ ਖਤਮ ਹੋ ਜਾਏਗਾ। ਉਹਨਾਂ ਨੂੰ ਉਹੀ ਓਰਿਜਨਲ ਇੱਟ ਜੋ ਕਿ ਮਿਲ ਸਕਦੀ ਹੈ, ਕੋਈ ਵੱਡੀ ਵੱਡੀ ਗੱਲ ਨਹੀਂ ਹੈ, ਉਹ ਯੂਜ਼ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਬਾਕੀ ਤੁਹਾਨੂੰ ਦੱਸਾਂ ਹਿਸਟਰੀ, ਅਤੇ ਤੁਹਾਨੂੰ ਕਿਲ੍ਹੇ ਦੀ ਅੰਦਰੋਂ ਇੱਕ ਝਲਕ ਦਿਖਾਉਂਦੇ ਹਾਂ। ਕਿਲ੍ਹਾ ਮੁਬਾਰਕ ਅੱਜ ਤੋਂ ਤਕਰੀਬਨ 1600 ਸਾਲ ਪਹਿਲਾਂ ਕਿੰਗ ਜੋ ਸੀ ਰਾਜਾ ਦੇਵ ਨੇ ਬਣਾਇਆ, AD 90 ਔਰ 110 ਦੇ ਵਿਚਕਾਰ। ਰਾਜਾ ਦੇਵ ਜੋ ਪੂਰਵਜ ਸੀ ਵਿਨੇਪਾਲ ਦੇ, ਇਸ ਕਿਲ੍ਹੇ ਵਿੱਚ ਵਰਤੀਆਂ ਗਈਆਂ ਇੱਟਾਂ ਕੁਸ਼ਨਾ ਪੀਰੀਅਡ ਤੋਂ ਨੇ। ਇਸ ਦੀਆਂ ਦੀਵਾਰਾਂ 7 ਡਿਫਰੈਂਟ ਟਾਈਪ ਦੀਆਂ ਇੱਟਾਂ ਨਾਲ ਬਣੀਆਂ ਨੇ, ਅਤੇ ਜਿਸ ਤੋਂ ਇਹ ਪ੍ਰੂਵ ਹੁੰਦਾ ਕਿ ਅਲੱਗ ਅਲੱਗ ਟਾਈਮ 'ਤੇ ਇੱਥੇ ਅਲੱਗ ਅਲੱਗ ਤਰ੍ਹਾਂ ਦੀ ਕੰਸਟਰਕਸ਼ਨ ਹੋਈ। ਕਿਲ੍ਹਾ ਮੁਬਾਰਕ ਨੂੰ ਇੱਕ ਹਿਸਟਰੀ ਦੇ ਰੋਮਾਂਸ ਨਾਲ ਵੀ ਇਹ ਜੋੜਿਆ ਜਾਂਦਾ ਹੈ। ਕਿਲ੍ਹਾ ਮਲਿਕ ਅਖਤਿਆਰ ਅਲਤਲੀਆਂ ਜੋ ਕਿ 13th century 'ਚ ਗੁਹਟਨਾ ਦੇ ਗਵਰਨਰ ਸੀ, ਅਤੇ ਉਹਨਾਂ ਨੇ ਆਪਣੀ ਜੋ ਪਹਿਲੀ ਰਾਜਾ ਸੀ ਰਜ਼ੀਆ ਸੁਲਤਾਨਾ, ਜੋ ਪਹਿਲੀ ਲੇਡੀ ਸੁਲਤਾਨ ਬਣੀ ਸੀ, ਉਸ ਦੇ ਖਿਲਾਫ ਵਿਦਰੋਹ ਕੀਤਾ ਅਤੇ ਉਸਨੂੰ ਕੈਦ ਕਰਕੇ ਇਸ ਕਿਲ੍ਹੇ ਵਿੱਚ ਕੈਦ ਕੀਤਾ। ਕਿਲ੍ਹਾ ਮੁਬਾਰਕ 15 acres 'ਚ ਫੈਲਿਆ ਹੋਇਆ ਹੈ ਅਤੇ ਇਸ ਦੀਆਂ ਦੀਵਾਰਾਂ ਤਕਰੀਬਨ 100 feet ਉੱਚੀਆਂ ਨੇ। ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ 1705 ਵਿੱਚ ਵਿਜ਼ਿਟ ਕੀਤਾ ਅਤੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਗੁਰਦੁਆਰਾ ਬਣਾਇਆ ਗਿਆ। ਹਾਲਾਂਕਿ ਕੋਈ ਉਸਦਾ ਪਰੂਫ ਹਿਸਟੋਰੀਕਲ ਬੁੱਕਸ 'ਚ ਨਹੀਂ ਹੈ, ਪਰ ਇਹ ਮੰਨਿਆ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਇੱਥੇ ਆਏ ਅਤੇ ਉਸ ਤੋਂ ਬਾਅਦ ਹੀ ਇਹ ਗੁਰਦੁਆਰਾ ਇੱਥੇ ਸਥਾਪਿਤ ਕੀਤਾ ਗਿਆ। 1400 ਸਾਲ ਪਹਿਲਾਂ ਬਾਬਰ ਦੀਆਂ 4 ਤੋਪਾਂ ਵੀ ਇੱਥੇ ਲੈ ਕੇ ਆਉਂਦੀਆਂ ਗਈਆਂ ਜੋ ਕਿਲ੍ਹੇ ਦੇ ਅੰਦਰ ਨੇ। ਸਭ ਤੋਂ ਇੰਪੋਰਟੈਂਟ ਗੱਲ ਹੈ ਜੋ ਇਹ ਕਿਲ੍ਹਾ ਸਪੈਸ਼ਲ ਬਣਾਉਂਦਾ ਕਿ ਇਹ ਅੱਜ ਸਭ ਤੋਂ ਪੁਰਾਣਾ ਖੜ੍ਹਾ ਰਹਿਣ ਵਾਲਾ ਕਿਲ੍ਹਾ ਹੈ, ਅਤੇ ਬਾਕੀ ਇਸ ਏਜ ਦੀ ਇਸ ਏਜ ਦੇ ਕਿਲ੍ਹੇ ਜੋ ਢਹਿ ਚੁੱਕੇ ਨੇ, ਅਤੇ ਇਸ ਦੀ ਜੋ ਉਮਰ ਹੈ ਤਕਰੀਬਨ 1600 ਸਾਲ ਹੈ। ਔਰ ਇਹ ਕਿਲ੍ਹਾ ਬਹੁਤ ਹੀ ਮਾੜੀ ਹਾਲਤ ਸੀ, ਪਰ ਜਦੋਂ ਤੋਂ ਆਰਕੋਲੋਜੀਕਲ ਸਰਵੇ ਆਫ ਇੰਡੀਆ ਨੇ ਇਸ ਦਾ ਚਾਰਜ ਸੰਭਾਲਿਆ ਅਤੇ ਇਸ ਤੋਂ ਰੈਸਟੋਰੇਸ਼ਨ ਸ਼ੁਰੂ ਕੀਤੀ ਹੈ, ਅਤੇ ਉਮੀਦ ਹੈ ਕਿ ਇਤਿਹਾਸ ਦੀ ਇੱਕ ਧਰੋਹਰ ਨੂੰ ASI ਚੰਗੀ ਤਰ੍ਹਾਂ ਸਾਂਭ ਕੇ ਇਸ ਨੂੰ ਵਾਪਸ ਆਪਣੀ ਸ਼ੇਪ 'ਚ ਲਿਆਏਗੀ, ਅਤੇ ਦੇਖਣ ਵਾਲਿਆਂ ਲਈ ਇੱਕ ਹਿਸਟੋਰੀਕਲ ਨਜ਼ਾਰਾ ਹੋਵੇਗਾ। ਦੋਸਤੋ, ਤੁਸੀਂ ਇਹ ਕਿਲ੍ਹੇ ਦਾ ਅੰਦਰ ਦਾ ਨਜ਼ਾਰਾ ਦੇਖ ਰਹੇ ਹੋ, ਬਹੁਤ ਖੂਬਸੂਰਤ ਨਜ਼ਾਰਾ ਹੈ। ਹਾਲਾਂਕਿ ਜਦੋਂ ਅਸੀਂ ਆਏ ਹਾਂ ਅਤੇ ਅਸੀਂ ਡਰੋਨ ਨਾਲ ਕੋਈ ਸ਼ੋਟ ਲੈਣਾ ਚਾਹੁੰਦੇ ਸੀ, ਪਰ ਉਹਨਾਂ ਨੇ ਮਨਾ ਕਰਤਾ, ਇਸ ਕਰਕੇ ਅਸੀਂ ਡਰੋਨ ਨਾਲ ਸ਼ੋਟ ਨਹੀਂ ਲਏ। ਤੁਹਾਨੂੰ ਨੋਰਮਲ ਕੈਮਰੇ ਨਾਲ ਸ਼ੋਟ ਦਿਖਾ ਰਹੇ ਹਾਂ। ਇਹਦੇ ਚਾਰੋਂ ਤਰਫ ਉੱਪਰ ਚਾਰ ਦੀਵਾਰੀ ਦੇ ਉੱਪਰ ਘੁੰਮਣ ਦੀ ਜਗ੍ਹਾ ਬਣੀ ਹੋਈ ਹੈ, ਪਬਲਿਕ ਨੂੰ ਜਾਣ ਦੀ ਆਗਿਆ ਹੈ, ਪਰ ਹੁਣ ਇਸ ਵੇਲੇ ਉਹ ਬੰਦ ਹੈ ਅਤੇ ਬਾਕੀ ਕੁਛ ਰਿਪੇਅਰ ਵੀ ਚੱਲ ਰਹੀ ਹੈ, ਪਰ ਇੱਕ ਕੋਸ਼ਿਸ਼ ਜ਼ਰੂਰ ਲੱਗ ਰਹੀ ਹੈ ਕਿ ਇਸ ਨੂੰ ਰਿਸਟੋਰ ਕਰਨ ਦੀ ਕੀਤੀ ਜਾ ਰਹੀ ਹੈ, ਅਤੇ ਚੰਗੀ ਗੱਲ ਹੈ ਕਿ ਇਸ ਨੂੰ ਜੇ ਰਿਸਟੋਰ ਕਰਕੇ ਇੱਕ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਜਾਵੇ, ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖ ਲੈਣ ਵੀ ਇਹ 'ਚ ਸਾਡੀ ਜੋ ਧਰੋਹਰ ਸੀ ਕਿਸ ਹਾਲਤ ਵਿੱਚ ਸੀ, ਅਤੇ ਕਿੱਦਾਂ ਦੇ ਇੱਥੇ ਕਿਲ੍ਹੇ ਹੁੰਦੇ ਸੀ, ਅਤੇ ਕਿੱਦਾਂ ਦਾ ਇੱਥੇ ਕਲਚਰ ਸੀ।
ਦੋਸਤੋ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਤੁਹਾਨੂੰ ਅਸੀਂ ਬਠਿੰਡੇ ਦੇ ਕਿਲੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਬਠਿੰਡੇ ਦਾ ਕਿਲਾ ਦਿਖਾਇਆ ਹੈ ਅਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਅਤੇ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਬਠਿੰਡੇ ਦੇ ਨੇੜੇ ਰਹਿੰਦੇ ਹੋਏ ਵੀ ਅੱਜ ਤੱਕ ਕਿਲਾ ਨਹੀਂ ਦੇਖਿਆ ਗਿਆ ਤਾਂ ਜ਼ਰੂਰ ਦੇਖ ਕੇ ਆਓ। ਕਿਲੇ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਵੀ ਹੈ, ਦਰਸ਼ਨ ਕਰੋ, ਕਾਫੀ ਸੰਗਤ ਉੱਥੇ ਆਉਂਦੀ ਹੈ ਅਤੇ ਤੁਸੀਂ ਵੀ ਜਾ ਕੇ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਕਿਲੇ ਦੇ ਅੰਦਰ ਆਨੰਦ ਮਾਣ ਸਕਦੇ ਹੋ ਅਤੇ ਆਪਦੀ ਵਿਰਾਸਤ 'ਤੇ ਇੱਕ ਝਲਕ ਪਾ ਸਕਦੇ ਹੋ। ਦੇਖਦੇ ਰਹੋ ਸਾਡੇ ਵੀਡੀਓਜ਼ ਔਜੀ ਬਾਬਾ ਚੈਨਲ 'ਤੇ। ਪਸੰਦ ਆਏ ਤਾਂ ਲਾਈਕ ਕਰੋ, ਕਮੈਂਟ ਕਰੋ ਅਤੇ ਸ਼ੇਅਰ ਕਰੋ। ਸਤਿ ਸ਼੍ਰੀ ਅਕਾਲ।